ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਿੱਪਰ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਮੋਟਰਸਾਈਕਲ ਹੈ ਉਹ ਟਿੱਪਰ ਦੇ ਹੇਠਾਂ ਹੀ ਫਸ ਗਿਆ। ਕਿਹਾ ਜਾ ਰਿਹਾ ਕਿ ਦੋ ਨੌਜਵਾਨ ਇਸ ਬਾਈਕ ਦੇ ਉੱਤੇ ਸਵਾਰ ਸੀ। ਜ਼ਿਆਦਾ ਹਨੇਰੀ ਚੱਲਣ ਦੇ ਕਾਰਨ ਸੜਕ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਜੋ ਪੇੜਾਂ ਦੇ ਟਾਹਣੇ ਨੇ ਉਹ ਟੁੱਟ ਕੇ ਡਿੱਗੇ ਹੋਏ ਸੀ। ਬਾਈਕ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਪਹਿਲਾਂ ਤਾਂ ਦੋਵੇਂ ਨੌਜਵਾਨ ਬਾਈਕ ਸਮੇਤ ਜਾ ਕੇ ਟਾਹਣੇ ਦੇ ਵਿੱਚ ਵੱਜਦੇ ਨੇ। ਜਦੋਂ ਉੱਥੋਂ ਬੇਕਾਬੂ ਹੁੰਦੇ ਨੇ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਅਤੇ ਜੋ ਬਾਈਕ ਹੈ ਉਹ ਟਿੱਪਰ ਦੇ ਹੇਠਾਂ ਹੀ ਫਸ ਜਾਂਦਾ। ਹਾਲਾਂਕਿ ਇਸ ਹਾਦਸੇ ਦੇ ਵਿੱਚ ਗਨੀਮਤ ਰਹੀ ਹੈ ਕਿ ਦੋਵੇਂ ਨੌਜਵਾਨ ਵਾਲ-ਵਾਲ ਬਚ ਗਏ ਨੇ, ਪਰ ਕਿਹਾ ਜਾ ਰਿਹਾ ਕਿ ਮੌਕੇ ਤੋਂ ਦੋਵੇਂ ਬਾਈਕ ਸਵਾਰ ਫਰਾਰ ਹੋਏ ਨੇ, ਜਦਕਿ ਟਿੱਪਰ ਚਾਲਕ ਉੱਥੇ ਮੌਕੇ 'ਤੇ ਹੀ ਮੌਜੂਦ ਰਿਹਾ। ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਟਿੱਪਰ ਚਾਲਕ ਦਾ ਕਹਿਣਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਦੋਂ ਬਾਈਕ ਸਵਾਰ ਇੱਥੋਂ ਭੱਜਣ ਲੱਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੇਰੀ ਕੋਈ ਗਲਤੀ ਨਹੀਂ ਹੈ, ਤਾਂ ਇਸ ਤੋਂ ਬਾਅਦ ਉਹ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਟਾਂਡਾ ਦੇ ਵਿੱਚ ਵਾਪਰਿਆ। ਮੈਂ ਭਾਈ ਘੀਰਦੀ ਹੋਈ ਆ ਲੋਂ ਆਉਂਦੇ ਸੀ ਮਕੇਰੀਆਂ ਤੋਂ ਜੀ, ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ। ਉਹ ਭਾਜੀ ਗੱਡੀ ਤੇ ਇੱਥੇ ਰੁਕ ਗਈ ਸੀ ਹੌਲੀ ਸੀ। ਅੱਛਾ, ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤਾਂ ਤੁਹਾਨੂੰ ਦਿਖਿਆ ਨੀ ਡਾਣਾ ਪਰੇ। ਅੱਛਾ, ਉਹ ਡਾਣੇ ਦੇ ਵਿੱਚ ਵੜ ਗਏ। ਅੱਛਾ, ਮੋਟਰਸਾਈਕਲ ਤਿਲਕ ਕੇ ਇੱਧਰ ਗੱਡੀ ਵੱਲ ਨੂੰ ਆ ਗਏ। ਅੱਛਾ, ਉਹ ਡਿੱਗ ਗਏ ਸੀ ਉੱਥੇ? ਹਾਂਜੀ, ਉਹ ਪਿੱਛੇ ਡਿੱਗ ਪਏ। ਕਿੰਨੇ ਬੰਦੇ ਸੀ ਉੱਥੇ? ਦੋ ਜੀ, ਦੋ। ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਹੈ? ਹਾਂਜੀ, ਉਹਨਾਂ ਦਾ ਜੀ। ਉਹ ਬਚ ਗਏ? ਉਹ ਮਤਲਬ ਚਲ ਗਏ ਮੁੰਡੇ ਇੱਥੋਂ? ਉਹ ਚਲ ਗਏ, ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਕਢਾ ਕੇ ਲੈ ਜੀ, ਤੇਰਾ ਕੋਈ ਕਸੂਰ ਨਹੀਂ। ਅੱਛਾ ਜੀ, ਹਾਂਜੀ। ਅੱਛਾ, ਤੁਸੀਂ ਤਾਂ ਆਪਣੇ ਆਹ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਹੈ? ਹਾਂਜੀ ਹਾਂਜੀ, ਜਿਹੜਾ ਪਹਿਲੇ ਟੁੱਟਿਆ ਹੋਇਆ ਸੀ ਡਾਲਾ? ਹਾਂਜੀ ਹਾਂਜੀ, ਇਹ ਪਹਿਲਾਂ ਡਿੱਗਾ ਸੀ ਪੈਂਦਾ ਜੀ। ਅੱਛਾ, ਮੀਂਹ ਮੀਂਹ ਬਹੁਤ ਪੈ ਰਿਹਾ ਸੀ ਜਦੋਂ ਮੋਟਰਸਾਈਕਲ ਥੱਲੇ ਆਇਆ। ਅੱਛਾ, ਤੇ ਇਹ ਸਲਿੱਪ ਹੋਣ ਕਾਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ। ਅੱਛਾ, ਮੈਂ ਫਿਰ ਥੱਲੇ ਲਾਰੀ ਡਰਦੇ ਨੇ, ਮੈਂ ਕਿਹਾ ਬੰਦਾ ਨਾ ਹੋਵੇ। ਅੱਛਾ, ਉਹ ਬੰਦੇ ਪਿੱਛੇ ਡਿੱਪੇ? ਇਹ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ, ਕੀ ਫਸੀ ਹੋਈ? ਹਾਂਜੀ ਹਾਂਜੀ, ਸਲਿੱਪ ਕੱਢਦੀ ਆ ਭਾਜੀ, ਫਸੀ ਨਹੀਂ ਗੀ, ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ। ਅੱਛਾ ਜੀ, ਹਾਂਜੀ। ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜੀ ਨਹੀਂ, ਕੋਈ ਨੁਕਸਾਨ ਨਹੀਂ, ਨਾ ਮੇਰਾ ਨਾ ਉਹਦਾ। ਅੱਛਾ, ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਇੱਥੇ? ਹਾਂਜੀ ਹਾਂਜੀ, ਪਹੁੰਚ ਗਿਆ ਸੀ ਜੀ, 5-7 ਮਿੰਟ 'ਚ ਪਹੁੰਚ ਗਏ ਜੀ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਿੱਪਰ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਮੋਟਰਸਾਈਕਲ ਹੈ ਉਹ ਟਿੱਪਰ ਦੇ ਹੇਠਾਂ ਹੀ ਫਸ ਗਿਆ। ਕਿਹਾ ਜਾ ਰਿਹਾ ਕਿ ਦੋ ਨੌਜਵਾਨ ਇਸ ਬਾਈਕ ਦੇ ਉੱਤੇ ਸਵਾਰ ਸੀ। ਜ਼ਿਆਦਾ ਹਨੇਰੀ ਚੱਲਣ ਦੇ ਕਾਰਨ ਸੜਕ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਜੋ ਪੇੜਾਂ ਦੇ ਟਾਹਣੇ ਨੇ ਉਹ ਟੁੱਟ ਕੇ ਡਿੱਗੇ ਹੋਏ ਸੀ। ਬਾਈਕ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਪਹਿਲਾਂ ਤਾਂ ਦੋਵੇਂ ਨੌਜਵਾਨ ਬਾਈਕ ਸਮੇਤ ਜਾ ਕੇ ਟਾਹਣੇ ਦੇ ਵਿੱਚ ਵੱਜਦੇ ਨੇ। ਜਦੋਂ ਉੱਥੋਂ ਬੇਕਾਬੂ ਹੁੰਦੇ ਨੇ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਅਤੇ ਜੋ ਬਾਈਕ ਹੈ ਉਹ ਟਿੱਪਰ ਦੇ ਹੇਠਾਂ ਹੀ ਫਸ ਜਾਂਦਾ। ਹਾਲਾਂਕਿ ਇਸ ਹਾਦਸੇ ਦੇ ਵਿੱਚ ਗਨੀਮਤ ਰਹੀ ਹੈ ਕਿ ਦੋਵੇਂ ਨੌਜਵਾਨ ਵਾਲ-ਵਾਲ ਬਚ ਗਏ ਨੇ, ਪਰ ਕਿਹਾ ਜਾ ਰਿਹਾ ਕਿ ਮੌਕੇ ਤੋਂ ਦੋਵੇਂ ਬਾਈਕ ਸਵਾਰ ਫਰਾਰ ਹੋਏ ਨੇ, ਜਦਕਿ ਟਿੱਪਰ ਚਾਲਕ ਉੱਥੇ ਮੌਕੇ 'ਤੇ ਹੀ ਮੌਜੂਦ ਰਿਹਾ। ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਟਿੱਪਰ ਚਾਲਕ ਦਾ ਕਹਿਣਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਦੋਂ ਬਾਈਕ ਸਵਾਰ ਇੱਥੋਂ ਭੱਜਣ ਲੱਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੇਰੀ ਕੋਈ ਗਲਤੀ ਨਹੀਂ ਹੈ, ਤਾਂ ਇਸ ਤੋਂ ਬਾਅਦ ਉਹ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਟਾਂਡਾ ਦੇ ਵਿੱਚ ਵਾਪਰਿਆ।